ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ। ਮੈਂ ਬਲਵਿੰਦਰ ਕੌਰ ਤੁਹਾਡਾ ਸਭ ਦਾ ਸਵਾਗਤ ਕਰਨੀ ਆ ਆਪਣੇ YouTube ਚੈਨਲ ਬਲਵਿੰਦਰ ਕੀ ਰਸੋਈ ਵਿੱਚ। ਅੱਜ ਅਸੀਂ ਬਣਾਵਾਂਗੇ ਹੈਲਦੀ ਟੇਸਟੀ ਗਾਜਰ ਤੇ ਚਾਵਲ ਦੀ ਖੀਰ, ਜਿਹਨੂੰ ਬਣਾਉਣ ਵਾਸਤੇ ਅਸੀਂ ਲਿਆਏ 1 ਲੀਟਰ ਫੁੱਲ ਫੈਟ ਦੁੱਧ, 3 ਗਾਜਰਾਂ ਲਈਆਂ ਨੇ, ਕੁਛ ਬਦਾਮਾਂ ਦੇ ਪੀਸ ਲਏ ਨੇ, ਕਾਜੂ ਲਏ ਨੇ, ਛੋਟੀ ਇਲਾਚੀ ਦਾ ਪਾਊਡਰ ਲਿਆਏ ਤੇ ਅਸੀਂ ਲਿਆ ਨਾਰੀਅਲ ਦਾ ਬਰਾਦਾ। ਇੱਕ ਕਟੋਰੀ ਚਾਵਲ ਲਏ ਸਾਂ ਜਿਹਨੂੰ ਅਸੀਂ ਅੱਧਾ ਘੰਟਾ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਤੇ ਰੱਖ ਲਿਆ ਸੀ ਤੇ ਅਸੀਂ ਹੁਣ ਖੀਰ ਬਣਾਉਣਾ ਸਟਾਰਟ ਕਰਨੇ ਆ। ਸਭ ਤੋਂ ਪਹਿਲਾਂ ਖੀਰ ਬਣਾਉਣ ਵਾਸਤੇ ਅਸੀਂ ਜਿਹੜੇ ਗਾਜਰਾਂ ਲਈਆਂ ਨੇ ਇਹਨਾਂ ਨੂੰ ਅਸੀਂ ਕੱਦੂਕਸ ਕਰ ਲੈਂਦੇ ਹਾਂ। ਗਾਜਰਾਂ ਅਸੀਂ ਰਗੜ ਲਈਆਂ ਨੇ, ਖੀਰ ਬਣਾਉਣਾ ਅਸੀਂ ਸਟਾਰਟ ਕਰਨੇ ਆ। ਇਹਦੇ ਵਿੱਚ ਪਾ ਦਿੰਦੇ ਹਾਂ ਅਸੀਂ 1 ਚਮਚ ਦੇਸੀ ਘਿਓ ਦਾ, ਜਿਹਦੇ ਵਿੱਚ ਅਸੀਂ ਗਾਜਰਾਂ ਭੁੰਨਾਂਗੇ। ਘਿਓ ਸਾਡਾ ਪਿਘਲ ਗਿਆ ਤੇ ਇਹਦੇ ਵਿੱਚ ਅਸੀਂ ਹੁਣ ਗਾਜਰਾਂ ਪਾ ਦਿੰਦੇ ਹਾਂ। ਤੁਸੀਂ ਮੇਰੀ ਵੀ ਗਾਜਰਾਂ ਦੀ ਖੀਰ ਬਣਾ ਸਕਦੇ ਹੋ, ਪਰ ਥੋੜ੍ਹੇ ਜਿਹੇ ਚਾਵਲ ਵਿੱਚ ਪਾ ਲਈਏ ਅਤੇ ਖੀਰ ਦਾ ਟੇਸਟ ਹੋਰ ਵੀ ਵੱਧ ਜਾਂਦਾ। ਅਤੇ ਇਸ ਕਰਕੇ ਅਸੀਂ ਗਾਜਰਾਂ ਅਤੇ ਚੌਲਾਂ ਦੀ ਖੀਰ ਬਣਾਵਾਂਗੇ। ਜਿਸ ਤਰ੍ਹਾਂ ਤੁਹਾਨੂੰ ਇੱਕ ਪਹਿਲੀ ਰੈਸਪੀ ਵਿੱਚ ਦੱਸੀ ਸੀ ਲੌਕੀ ਅਤੇ ਚਾਵਲ ਦੀ ਖੀਰ, ਇਸੇ ਤਰ੍ਹਾਂ ਕਿ ਅੱਜ ਬਣਾਵਾਂਗੇ ਗਾਜਰ ਅਤੇ ਚਾਵਲ ਦੀ ਖੀਰ, ਜੋ ਹੈਲਦੀ ਵੀ ਹੈ, ਟੇਸਟੀ ਵੀ ਬਣਦੀ, ਬਹੁਤ ਬੱਚੇ ਪਸੰਦ ਵੀ ਕਰਦੇ ਨੇ। ਗਾਜਰਾਂ ਸਾਡੀਆਂ ਭੁੱਜ ਗਈਆਂ ਨੇ, ਅਸੀਂ ਇਹਦੇ 'ਚ ਦੁੱਧ ਪਾ ਦਿੰਦੇ ਹਾਂ। ਹੁਣ ਆਹ ਅਸੀਂ 1 ਲੀਟਰ ਦੁੱਧ ਲਿਆ ਸੀ, ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ। ਅਸੀਂ ਇਸ ਕਟੋਰੀ ਦੇ ਨਾਪ ਦੇ ਨਾਲ ਚੌਲ ਲਏ ਸਨ ਅਤੇ ਅਸੀਂ ਇਹਨਾਂ ਨੂੰ 3-4 ਪਾਣੀ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖਿਆ ਸੀ। ਜੇ ਤੁਸੀਂ ਵੀ ਖੀਰ ਬਣਾਉਣੀ ਹੋਏ ਤਾਂ ਚੌਲਾਂ ਤੁਸੀਂ ਅੱਧਾ ਘੰਟਾ ਪਹਿਲਾਂ ਭਿਓ ਲਿਓ। ਜੇ ਤੁਹਾਡੇ ਕੋਲ ਚੌਲਾਂ ਦੀਆਂ ਕਣੀਆਂ ਹੋਣ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ। ਅਸੀਂ ਉਹਨਾਂ ਤੋਂ ਪਾਣੀ ਕੱਢ ਕੇ ਬਾਹਰ ਅਤੇ ਇਹਨਾਂ ਨੂੰ ਥਾਲਾ ਮਸਲ ਕੇ ਅਤੇ ਕਣੀਆਂ ਵਾਂਗੂ ਹੀ ਬਣਾ ਲਵਾਂਗੇ, ਫਿਰ ਖੀਰ ਜਲਦੀ ਬਣ ਜਾਂਦੀ ਹੈ। ਅਸੀਂ ਇਸ ਤਰ੍ਹਾਂ ਇਹਨੂੰ ਮਸਲ ਕੇ ਛੋਟੇ ਛੋਟੇ ਦਾਣਿਆਂ ਚੌਲਾਂ ਨੂੰ ਕਰ ਲਵਾਂਗੇ। ਜੇ ਸਾਡੇ ਦੁੱਧ ਨੂੰ ਉਬਾਲ ਆ ਜਾਏਗਾ ਫਿਰ ਅਸੀਂ ਵਿੱਚ ਚਾਵਲ ਪਾ ਦੇਵਾਂਗੇ। ਦੁੱਧ ਨੂੰ ਉਬਾਲਾ ਆ ਗਿਆ, ਜਿਹੜੇ ਚੌਲ ਧੋਤੇ ਸਨ ਉਹਨਾਂ ਨੂੰ ਅਸੀਂ ਹੱਥਾਂ ਦੇ ਨਾਲ ਬਰੀਕ ਬਰੀਕ ਕਰ ਲਿਆ ਹੈ, ਕਣੀਆਂ ਬਣਾਉਣੀਆਂ ਇਹਦੀਆਂ, ਇਹਦੇ ਵਿੱਚ ਅਸੀਂ ਉਹ ਐਡ ਕਰ ਦਿੰਦੇ ਹਾਂ। ਅਸੀਂ ਇਹਨੂੰ ਨਾਲ ਨਾਲ ਹਿਲਾਉਂਦੇ ਰਹਾਂਗੇ। Thank you.
वेखो खीर साड़ी गाढ़ी हो गई है ते असी चार फेरे दुध लगा है ते असी ओ भी विच मिक्स कर देने आ। वेखो जिहड़े चावल पाए सन ओ भी पक गए ने। जे असी पूरे सब दे चावल पाउंदे फिर साडे खीर बन लग्गिया टाइम लगना सी, इस करके असी हत्थां नाल मसल के पाए ने खीर बन लगे ज्यादा टाइम ना लगे। जे तुसीं भी इस तरह चावल पाओगे तो सिर्फ खीर बन लगे 10 मिनट ही लगनगे, ज्यादा टाइम नहीं लगना। इहदे विच ही पा दिंदे हां असी छोटी इलायची का पाउडर, काजू भी पा दिंदे हां विच, नारियल का बुरादा पा दें। ये भी खीर का टेस्ट बहुत वधिया हो जाता है। तो नाल ही पा देंगे असी बदाम, असी इन्हों मिला देंगे। तो असी ये हूँ एक कटोरी चीनी पावे, चीनी घट ज़्यादा तुम अपने हिसाब न पा सकते हो। तो असी 2 मिनट इन होर पकावे, देखो कि लाजवाब खीर बनी। तुसी भी अपने घर बना के जरूर ट्राई करियो जी। जे तुसी अगे पहला जो तुसी गाजर ते चावल की खीर नहीं बना के खाधी तो तुसी हुण जरूर बना के खायो, ये बहुत स्वादिष्ट बनती है। देखो किन्नी गाढ़ी बनी है, चावल भी बिल्कुल विच मिक्स हो गए ने। असी हुण गैस बंद कर देने आ ते खीर नूं सर्व कर देने आ। गाजर ते चावल की खीर असी सर्व कर दित्ती है, वेखो किड्डी लाजवाब बनी है। तुसी भी अपने घर बना के जरूर ट्राई करियो। अपने घर तुसी गाजर ते चावल की खीर बनायो ते खायो। वीडियो नूं लाइक ते शेयर करियो जी। जे तुसी साडे चैनल ते पहली बारी आए तो सबसक्राइब जरूर करियो अते घंटी दा बटन तुसी जरूर दबायो तां जो नवी आने वाली वीडियो तुहाडे तक पहुँच सके। वीडियो वेखण वास्ते तुहाडा बहुत बहुत धन्यवाद।